ਹੀਰਾ ਸਿੰਘ ਮੇਰਾ ਨਾਮ। ਹਾਂਜੀ, ਬੈਂਕ ਤੋਂ ਪੈਸੇ ਲੈ ਕੇ ਆਇਆ ਸੀ ਰਾਤ ਦੇ ਵਿੱਚ, ਖੋਲ੍ਹ ਕੇ ਪੰਜੇ। ਕਿਹੜੀ ਬੈਂਕ 'ਚੋਂ ਲਿਆਏ ਸੀ? ਸਟੇਟ ਬੈਂਕ 'ਚੋਂ। ਕਿੰਨੇ ਪੈਸੇ ਸੀ? 2 ਲੱਖ। ਅਤੇ ਕਿੱਥੇ ਖੋਏ ਗਏ? ਇਹ ਅੰਮ੍ਰਿਤਸਰ ਰੋਡ 'ਤੇ ਨਾ ਬੈਂਕ ਹੈ, ਸੈਂਟਰਲ ਬੈਂਕ ਦੇ ਸਾਹਮਣੇ। ਅਤੇ ਕਿੰਨੇ ਕੁ ਵਜੇ ਦਾ ਟਾਈਮ ਹੈ ਜੀ? ਟਾਈਮ ਹੋਣਾ 11:30 ਦਾ। 11:30 ਵਜੇ? ਅਤੇ ਤੁਸੀਂ ਮਗਰ ਬਾਅਦ ਮੋਟਰਸਾਈਕਲ ਲਾਇਆ ਕੋਈ? ਮਗਰ ਪਿੱਛਾ ਕੀਤਾ ਲਾਇਆ, ਪਰ ਉਹਨਾਂ ਕੋਲ ਮੋਟਰਸਾਈਕਲ ਅਸੀਂ 3 ਜਣੇ ਮੋਟਰਸਾਈਕਲ ਦੇ ਦਿਓ, 2 ਜਣੇ ਮੋਟਰਸਾਈਕਲ ਵੱਡਾ ਸੀ ਉਹਨਾਂ ਕੋਲ, ਦਿਓ ਡਰਾਈ ਨਹੀਂ ਦਿੱਤੀ ਉਹਨਾਂ ਨੇ, ਮਗਰ ਤਾਂ ਅਸੀਂ ਗਏ ਹਾਂ। ਕਿਸਮ ਦੀ ਤਨਖਾਹ ਦੇਤੀ ਜਾਣੀ? ਦੇਤੀ। ਗੁਰਪ੍ਰੀਤ ਸਿੰਘ ਹੈ ਜੀ, SSB ਬੈਂਕ 'ਚ ਪੈਸੇ ਕਢਾਉਂਦੇ ਸੀ ਮੈਂ ਅਤੇ ਮੇਰੇ ਪਾਪਾ ਜੀ, 2 ਲੱਖ ਰੁਪਈਆ ਜੀ। ਭਿੱਖੀ ਵਾਲਾ ਚੌਂਕ 'ਚੋਂ ਮੁੜੇ ਅਤੇ 2 ਲੱਖ ਰੁਪਈਆ ਕਿਸੇ ਨੇ ਲੁੱਟ ਕਰ ਲਈ ਜੀ। ਉਹਦਾ ਪਿੱਛਾ ਵੀ ਕੀਤਾ ਅਤੇ ਪਰ ਨਹੀਂ ਮੁੜੇ ਗਏ ਜੀ। ਖੋਏ ਕਿੱਥੇ ਗਏ ਜੀ? ਹਾਂਜੀ, ਖੋਏ ਕਿੱਥੇ ਗਏ ਪੈਸੇ? ਪੈਸੇ ਠਾਣਾ ਲੰਘ ਕੇ ਜੀ। ਟਾਈਮ ਕਿੰਨੇ ਕੁ ਵਜੇ ਦਾ? 11:26 ਦਾ ਜੀ। ਇਹ ਜੀ ਆਪਣੇ ਹੀਰਾ ਸਿੰਘ ਜੀ ਨੇ ਪੁੱਤਰ ਸਾਧਾ ਸਿੰਘ, ਜੋ ਪਹਿਲਾਂ ਬਿਜਲੀ ਬੋਰਡ 'ਚ ਮੁਲਾਜ਼ਮ ਸੀਗੇ ਅਤੇ ਉਹਨਾਂ ਨੇ ਆਪਣਾ ਨਿੱਜੀ ਵਰਤੋਂ ਵਾਸਤੇ ਸਟੇਟ ਬੈਂਕ ਆਫ ਆਪਣੇ ਇੰਡੀਆ ਵਿੱਚੋਂ 2 ਲੱਖ ਰੁਪਏ ਕਢਵਾਏ ਸੀਗੇ ਅਤੇ ਉਹ ਲੈ ਕੇ ਆਪਣੇ ਘਰ ਜਾ ਰਹੇ ਸੀ। ਤਾਂ 2 ਅਣਪਛਾਤੇ ਵਿਅਕਤੀ ਜਿਹੜੇ ਪਿੱਛੋਂ TVS ਅਪਾਚੇ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਜਿਹੜਾ ਬੋਝਾ ਸੀ ਉਹ ਖਿੱਚ ਕੇ ਅਤੇ ਲੈ ਗਏ। ਸਰ, ਕੋਈ CCTV ਕੈਮਰੇ ਦੀ ਵੀ? ਹਾਂਜੀ, ਅਤੇ ਇਸ ਸੰਬੰਧੀ ਅਸੀਂ ਨਾ CCTV ਕੈਮਰੇ ਚੈੱਕ ਕਰਕੇ ਅਤੇ ਆਪਣੇ ਸੋਰਸ ਲਾ ਕੇ ਅਤੇ ਇਹਨਾਂ ਤਲਾਸ਼ ਜਾਰੀ ਹੈ ਅਤੇ ਮੁਕੱਦਮਾ ਨੰਬਰ ਜਿਹੜਾ 51 ਥਾਣਾ ਭਿੱਖੀ ਪਿੰਡ 'ਚ ਅੰਦਰ ਸੈਕਸ਼ਨ 379 ਵੀ ਦਰਜ ਹੋ ਚੁੱਕਾ 2 ਅਣਪਛਾਤੇ ਵਿਅਕਤੀਆਂ 'ਤੇ। ਸਰ, ਤੁਸੀਂ ਕੀ ਕਾਰਵਾਈ ਕਰ ਰਹੇ ਹੈਗੇ ਇੱਥੋਂ ਅੱਗੇ? ਮੈਂ ਇਹਦੀ CCTV ਫੁਟੇਜ ਸਾਰੀ ਚੈੱਕ ਕਰਵਾ ਕੇ ਅਤੇ ਆਪਣੇ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਲੈ ਕੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜੀ ਡਾਊਨਲੋਡ ਕੀਤਾ ਜਾਊਗਾ। ਠੀਕ।